ਇਸ ਵੇਲੇ ਦੀ ਵੱਡੀ ਖਬਰ, ਅਚਾਨਕ ਸ਼੍ਰੀ ਅਮਰਨਾਥ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਸਾਰੇ ਯਾਤਰੀਆਂ ਨੂੰ ਵਾਪਸ ਬੇਸ ਕੈਂਪ ਭੇਜ ਦਿੱਤਾ ਹੈ। ਤਾਂ ਦੱਸ ਦੇ ਕਿ ਹੁਣ ਤੱਕ 84,000 ਤੋਂ ਵੱਧ ਸ਼ਰਧਾਲੂਆਂ ਦੇ ਵੱਲੋਂ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਜਾਣੇ ਨੇ। ਤਾਂ ਦੱਸ ਦੇ ਕਿ ਅਜੇ ਤੱਕ ਜੋ ਕਿ ਸ਼ਰਧਾਲੂ ਰਸਤੇ ਦੇ ਵਿੱਚ ਹੀ ਸੀ, ਉਹਨਾਂ ਦੀ ਯਾਤਰਾ ਜੋ ਕਿ ਚੱਲ ਹੀ ਰਹੀ ਸੀ, ਤਾਂ ਰਸਤੇ ਦੇ ਵਿੱਚ ਹੀ ਸ਼ਰਧਾਲੂਆਂ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਤੇ ਸਾਰੇ ਸ਼ਰਧਾਲੂਆਂ ਨੂੰ ਵਾਪਸ ਅਧਿਕਾਰੀਆਂ ਦੇ ਵੱਲੋਂ ਬੇਸ ਕੈਂਪ ਦੇ ਵਿੱਚ ਭੇਜਿਆ ਗਿਆ। ਤਾਂ ਦੱਸ ਦੇ ਕਿ ਖਰਾਬ ਮੌਸਮ ਕਾਰਨ ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਗਿਆ। ਪਹਿਲਗਾਮ ਦੇ ਵਿੱਚ ਰਾਤ ਤੋਂ ਹੀ ਜ਼ਬਰਦਸਤ ਮੀਂਹ ਪੈ ਰਿਹਾ, ਜਿਸਦੇ ਚੱਲਦੇ ਇਹ ਫੈਸਲਾ ਲਿਆ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਸ਼ਰਧਾਲੂਆਂ ਦੇ ਨਾਲ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ, ਜਿਸਦੇ ਚੱਲਦੇ ਯਾਤਰੀਆਂ ਨੂੰ ਫਿਲਹਾਲ ਦੀ ਘੜੀ ਰੋਕ ਦਿੱਤਾ ਗਿਆ। ਤਾਂ ਜਿਵੇਂ ਹੀ ਮੌਸਮ ਠੀਕ ਹੋਵੇਗਾ ਤਾਂ ਉਸ ਤੋਂ ਬਾਅਦ ਮੁੜ ਯਾਤਰਾ ਸ਼ੁਰੂ ਹੋ ਜਾਵੇਗੀ। ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ।